ਬਿਆਨਥਰੀ ਲੋ ਵੀ ਬਜਨੌਰ ਗੁਰਦੁਆਰਾ ਸਾਹਿਬ 'ਤੇ ਆ ਕੇ ਰੁਕੇ ਸੀ, ਪਰ ਉੱਥੇ ਰੁਕੇ ਨਹੀਂ, ਡੇਰਾ ਵਸੀ ਵਾਲਿਆਂ ਦੇ। ਚੱਲਦੇ ਆ ਕਰਦੇ ਸਾਡੀ ਬਰੇਕਾਂ ਮੋਲ ਲੱਗਦੀਆਂ ਨੇ, ਚਲੋ ਕੋਈ ਨਹੀਂ।
ਉੱਥੇ ਰੁਕੇ ਹੀ ਨਹੀਂ ਗਏ ਅੰਬਰਸਰੀਆਂ ਤੋਂ ਤੁਰ ਕੇ। ਅੰਬਰਸਰੀਆਂ ਤੋਂ ਬਾਅਦ ਅੰਬਰਸਰੀਆ ਢਾਬੇ ਤੋਂ ਬਾਅਦ ਹੁਣ ਸਟੋਪ ਲਿਆ ਆਪਾਂ, ਖਰਚ ਤਾਂ ਕੰਮ ਹੈ ਤੇ ਕੀਤਾ, ਰੁਕੀ ਨਹੀਂ ਗਈ, 3-4 ਘੰਟੇ ਹੋ ਗਏ ਰੋਟੀ ਚਲਾਉਂਦੇ ਨੂੰ। ਢਾਈ ਵੱਜ ਗਏ, 2.5 ਘੰਟੇ ਹੋਏ ਨੇ, 3-4 ਘੰਟੇ। ਪਾਰਕਿੰਗ 'ਚ ਵੀ ਲੈਣ ਲੱਗੀ ਪਈ ਆ, ਸਕਰੈਪ ਵਾਲੀ ਗੱਡੀ ਉਹ ਬਹੁਤ ਖੜੀ ਇੱਧਰ, ਅਤੇ ਆਪਣੀ ਇੱਕ ਉਹ ਗੱਡੀ ਹੈਗੀ ਯੂਪੀ ਨੰਬਰ, ਉਹ ਪਹਿਲੀ ਉਹ ਗੱਡੀ ਕੱਢੀ ਹੈਗੀ, ਇੱਕ ਉਹ ਗੱਡੀ, ਇੱਕ ਹੋਰ ਆ ਯੂਪੀ ਨੰਬਰ,
ਮਤਲਬ 30 ਨੰਬਰ ਪਿਆ ਏ ਇੱਥੋਂ ਕਹਿੰਦੇ ਖਾਲੀ ਹੁੰਦਾ ਮੈਂ ਤਾਂ ਜੇਸੀਬੀ ਨਾਲ ਖਾਲੀ ਕਰ ਦਿੰਦੇ ਹਾਂ ਖੜੀ ਆ ਦੋ ਖੜੀ ਆ ਹੁਣ ਜੀ ਮੈਨੂੰ ਪਾਣਾ ਤਾਂ ਦੇਖਦੇ ਹੁਣ ਪੈਂਦੇ ਆ ਦੋ ਜਿੰਨਾ ਕੁ ਟਾਈਮ ਪੈਣ ਨੂੰ ਮਿਲਦਾ ਪੈ ਜਾਂਦੇ ਆ ਲੋ ਵੀ ਉਹ ਦੋ ਗੱਡੀਆਂ ਤੋਂ ਬਾਅਦ ਨੰਬਰ ਆ ਮਲਾਟ ਜੀ ਬਣੇ ਪਏ ਨੇ ਮੈਂ ਉਹਨੇ ਅੱਕ ਬੁੱਲੀ ਸੀ ਮੈਂ ਕਿਹਾ ਲੇਬਰ ਵਾਲੇ ਕੋ ਕਹਿੰਦਾ ਕੰਡਾ ਕਰਾ ਲਿਆ ਲਿਆ ਕੇ ਤਰਪਾਲ ਤਰਪੂਲ ਖੋਲ ਲਾ ਇਹਨਾਂ ਬੱਤੇ ਬੁੱਤੇ ਵੀ ਖੋਲਣੇ ਪੈਣੇ ਆ ਚਲੋ ਕੰਡਾ ਕਰਵਾ ਕੇ ਲਿਆਉਂਦੇ ਹਾਂ ਗੱਡੀ ਹਲੇ ਵੀ ਇੰਨੀ ਗਰਮ ਆ ਤਰਪਾਲ ਤਪਾਈ ਲਿਖਣੇ ਇਕੱਠੀ ਗੁੱਠੀ ਕਰਕੇ ਰੱਖ ਦੇ ਆ ਜਦ ਧਵਾਉਣ ਜਾਵਾਂਗੇ ਫਿਰ ਕਰਾਂਗੇ ਚੰਗੀ ਤਰ੍ਹਾਂ ਤਾਂ ਹੈ ਖਾਲੀ ਹਾਂ ਉਹ ਇੱਕ ਬਾਹਰ ਖੜੀ ਆ 1 ਵਜੇ ਲਾਈ ਆ ਪਹਿਲਾਂ ਅੱਗ ਅੱਗੋਂ ਖਾਲੀ ਹੋਊਗੀ ਜਿਹੜੀ ਬਾਹਰ ਖੜੀ ਆ ਉਹ ਅੱਗ ਅੱਗੋਂ ਖਾਲੀ ਹੋਊਗੀ ਫਿਰ ਆਪਣੀ ਅੱਗੋਂ ਅੱਗੋਂ ਖਾਲੀ ਹੋਊਗੀ ਸ਼ਾਮ ਹੋ ਜਾਊਗੀ ਅੱਜ ਤਾਂ ਲਓ ਵੀ ਜੇ ਸੀ ਬਿਨਾਂ ਤਾਰ ਕੇ ਬਾਹਰ ਲਵਾਤੀ ਉਹ ਸਾਹਮਣੇ ਗੱਡੀ ਖੜੀ ਆ ਉਹ ਤੋਂ ਬਾਅਦ ਫਿਰ ਆਪਣੀ ਉਤਰੂਗੀ ਪਾੜੇ ਪੁੜੇ ਗੱਲ ਦੇਖਦੇ ਨਹੀਂ ਬਣਦਾ ਬੱਚਾ ਨਾਲ ਆਊਗੀ ਹਲ ਤੱਕ ਉਹ ਵੀ ਨਹੀਂ ਖਾਲੀ ਹੋਈ ਗੱਡੀ ਚੈੱਕ ਕਰੋ ਸਾਰੀ ਗੱਡੀ ਦਾ ਬੁਰਾ ਹਾਲ ਹੋ ਗਿਆ ਸਫਾਈ ਸਫਾਈ ਕਰੀ ਤਾਂ ਹੀ ਗੁੱਸਾ ਆਉਂਦਾ ਹਾਲੇ ਪਹਾੜੇ ਤਾਂ ਦੇਖਿਓ ਕੀ ਬਣੂਗਾ ਇੰਨੇ ਬਾਤੀ ਮਤਲਬ ਇੰਨੇ ਦਿਨ ਦਾ ਭੱਜ ਪੁੱਜਿਆ ਜਾਊਗਾ ਇਹਨਾਂ ਨੂੰ ਖਾਲੀ ਹੋਊਗੀ ਚੈੱਕ ਕਰੋ ਚੈੱਕ ਨਾਮ ਚੱਲਦਾ ਹੁਣ ਦੇਖੋ ਲਿਖਿਆ ਬਿਆਂਥਰੀ ਨਾਮ ਲਿਖਾਉਣ ਲੱਗ ਗਏ ਵੀਰੇ ਚੜ੍ਹਾਈ ਜਾਊਗੀ ਆਪਣੀ ਚੜ੍ਹਾਈ ਉਹ ਆਪਣੀ ਉਤਰੀ ਏ ਬੀਬੀ 11 ਪਰ ਹੁਣ ਵਿਕ ਗਈ ਗੱਡੀ ਵਿਕ ਗਈ ਹੁਣੇ ਇਹ 14-18 ਦੀ ਨਾ ਸੋਰੀ ਕੀ ਨਾਮ ਆ ਇਹਦਾ ਕਿੰਨਾ ਨੰਬਰ ਸੀ ਇਹਦਾ ਨੰਬਰ ਇੱਕ ਮਿੰਟ ਦੇਖਦਾ ਵਾਂ ਅਤੇ ਰਾਜਪਾਲ ਦੀ ਗੱਡੀ ਸੀ ਮੇਰਾ ਨਾਮ ਲਿਖਿਆ ਇਹਦੇ ਮੂਹਰੇ ਜੇ ਹੁਣ 33-85 ਦਾ ਲਿਖਿਆ ਤਾਂ ਸੇਮ ਟੇਪ ਹੋ ਜਾਊਗੀ ਯਾਰ 33-85 ਵਾਂਗੂ ਹੁਣ ਕਰੀਆ ਖਾਲੀ ਚੱਲਦੇ ਹੁਣ ਕੰਡੇ ਦਾ ਕੰਡਾ ਕਰਾ ਕੇ ਫਿਰ ਦੇਖਦੇ ਹਾਂ ਭਾੜਾ ਮਿਲਦਾ ਕਿ ਨਹੀਂ ਮਿਲਦਾ ਭਾੜਾ ਲੈਣ ਚੱਲਣਾ 4:40 ਹੋ ਰਹੇ ਦੇਖਦੇ ਕਿੰਨੇ ਟਾਈਮ 'ਚ ਦਿੰਦਾ ਉਹ ਵੀ ਆ ਗਏ ਇੱਥੋਂ ਤਾਂ ਹੁਣ ਕਹਿੰਦਾ ਵੀ ਚੈੱਕ 'ਤੇ ਸਾਈਨ ਨਹੀਂ ਹੋਏ ਹੈਗੇ ਬਾਊ 'ਤੇ ਸਾਈਨ ਨਹੀਂ ਚੈੱਕ ਤਾਂ ਭਰਿਆ ਪਿਆ 15-20 ਮਿੰਟ ਲੱਗਣਗੇ ਮੈਂ ਇੰਨਾ ਗੱਡੀ ਬਾਹਰ ਕਢਾ ਜਾਂਦੇ ਫਿਰ ਆ ਜਾਵਾਂਗੇ ਤੁਰ ਕੇ ਹੋਰ ਕੀ ਆ ਗੱਡੀ ਉੱਥੇ ਲਾ ਜਾਂਦੇ ਕਿ ਧੋਈ ਹੋ ਜਾਵੇ ਦੇਖ ਜਾਂਦੇ ਕੀ ਬਣਦਾ ਨਿਕਲਦੇ ਹਾਂ ਉਹਨੂੰ ਫਿਰ ਆਉਂਦੇ ਹਾਂ ਮੁੜ ਕੇ ਲੋ ਵੀ ਧਵਾਉਣ ਲਿਆ ਦੋ ਗੱਡੀਆਂ ਦੇਖਦੇ ਹਾਂ ਸਵੇਰ ਧਵਾ ਲਾਂਗੇ ਲੋ ਵੀ ਅੱਜ ਤਾਂ ਗੱਡੀ ਧੋਤੀ ਨਹੀਂ ਗਈ ਸੀ ਘਰ ਜਾ ਕੇ ਆਇਆ ਨਾ ਨੂੰ ਕੇ ਆਇਆ ਟਾਈਮ ਹੋ ਗਿਆ ਆਪਣਾ 9:50 ਅਤੇ ਹੁਣ ਸੋਨੇ ਆ ਫਿਰ ਮੈਂ ਉਰੀ ਆ ਗਿਆ ਸੀ ਮੈਂ ਚੱਲ ਸਵੇਰੇ ਸਾਜਰੇ ਧਵਾ ਲਾਵੇ ਸਾਜਰੇ ਧਵਾ ਕੇ ਸਾਜਰੇ ਵਿਹਲੇ ਹੋ ਜਾਣਗੇ ਅਤੇ ਹੁਣ ਸੋਨੇ ਆ ਹੁਣ ਸਵੇਰੇ ਮਿਲਦੇ ਹਾਂ ਦੇਖਦੇ ਕਿੰਨੇ ਵਜੇ ਧੋਂਦਾ ਉੱਠ ਕੇ ਚਲੋ ਦਿਨ ਚੜ ਗਿਆ ਸੱਤ ਵਜੇ ਅੱਗੇ ਕਰਕੇ ਲਾਉਂਦੇ ਹਨ ਥੋੜ੍ਹਾ ਜਿਹਾ ਇਹਨੂੰ ਬੈਠੇ ਹਾਂ ਉਸ ਲੱਗਿਆ ਆ ਗੱਡੀ ਧੋਣ ਤਰਪਾਲ ਤਾਂ ਇਕੱਠੀ ਕਰਤੀ ਸੀ ਬੈਠੇ ਹਾਂ ਬਾਡੀ ਬੱਡੇ ਤਾਂ ਮਤਲਬ ਅੰਦਰੋਂ ਧੋ ਵੀ ਦਿੱਤੀ ਟਾਈਮ ਕੀ ਹੋ ਗਿਆ 8:08 ਗੱਡੀ ਗੁੱਡੀ ਧਵਾ ਕੇ ਦੇਖਦੇ ਕੀ ਬਣਦਾ ਕੀ ਕਰਦੇ ਆ ਫਿਰ ਅੱਗੇ ਗੱਡੀ ਤਾਂ ਧੋਤੀ ਗਈ ਵੀਰ ਆਇਆ ਹੋਇਆ ਸ਼ਾਹਪੁਰ ਤੋਂ ਮਿਲਣ ਵੀਡੀਓ ਦੇਖਦਾ ਹੁੰਦਾ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਬਾਈ ਦੇ
ਕਰ ਦੋ ਫਟਾਫਟ, ਚੜਾਈ ਕਰਾ ਦੋ ਗਾ ਵੀਰਾ ਉਹ ਸਾਹਮਣੇ ਪਿੰਡ ਆ ਵੀਰੇ ਦਾ ਸ਼ਾਹਪੁਰ ਉੱਥੋਂ ਆਇਆ ਵੀਰਾ ਵੀਡੀਓ ਦੇਖਦਾ ਹੁੰਦਾ ਬਾਈ ਦੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਹੁੰਦੀਆਂ ਨੇ ਬਾਈ ਘਰ ਨੂੰ ਫਿਰ ਦੇਖਦੇ ਕੀ ਬਣਦਾ ਅੱਗੇ। ਇਹ ਬੰਦਾ ਸ਼ਿਕਾਇਤ ਕਰਦਾ ਕਹਿੰਦਾ ਮੈਨੂੰ ਵੀਡੀਓ ਚ ਨੀ ਲੈਂਦੇ, ਇਹ ਸ਼ਿਕਾਇਤ ਕਰਦਾ ਕਹਿੰਦਾ ਮੇਰੇ ਕੋਲ ਵੀਡੀਓ ਵੀ ਨੀ ਡਾਲਦੇ। ਆਹ ਦਿਖਾ ਲਿਆ ਸ਼ਕਲ ਤੇਰੀ ਵੀਡੀਓ ਪੂਰੀ ਬਣਾ ਕੇ ਡਾਲੂਗਾ ਅੱਜ, ਇਹ ਨੰਬਰ ਲੈ ਲਓ ਜਾਂਪੀ ਆਣਾ ਇਸਕੇ ਬਾਅਦ ਆਓ ਗੱਡੀ ਧਵਾਣ। ਇਹ ਦੇਖੋ ਭਾਈ ਸਾਡੀ ਗੱਡੀ ਚਮਕ ਗਈ ਹੁਣ ਤਾਂ, ਲਿਸ਼ੂ ਲਿਸ਼ੂ ਕਰਦੀ ਆ। ਨਿਕਲੇ ਉੱਥੋਂ ਤਾਂ ਚੱਲਦੇ ਹੁਣ ਪਾਰਕਿੰਗ 'ਚ ਦੇਖਦੇ ਹਾਂ ਕੀ ਕਰਦੇ ਆ।